ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਹੈ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਵਾਂਗ ਕਮੌਤਰੀ ਉਡਾਨਾਂ ਚੱਲਣ ਤੇ ਤੁਹਾਨੂੰ ਹੋਰ ਲੰਮਾ ਇੰਤਜ਼ਾਰ ਕਰਨਾ ਪਵੇਗਾ। ਸਰਕਾਰ ਵੱਲੋਂ ਕਮੌਤਰੀ ਉਡਾਨਾਂ 'ਤੇ ਪਾਬੰਦੀ ਇੱਕ ਵਾਰ ਫਿਰ ਹੋਰ ਅਜੇ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਭਾਰਤੀ ਹਵਾਬਾਜ਼ੀ ਰੈਗੂਲੇਟਰ ਯਾਨੀ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟਰਸ ਜਨਰਲ ਨੇ ਸੋਮਵਾਰ ਨੂੰ ਦੇ ਦਿੱਤੀ ਹੈ। DGCA ਦੇ ਮੁਤਾਬਕ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ 30 ਸਤੰਬਰ 2020 ਤੱਕ ਕਮੌਤਰੀ ਉਡਾਨਾਂ ਮੁਲਤ ਰਹਿਣਗੀਆਂ। ਹਾਲਾਂਕਿ ਇਹ ਹੁਕਮ ਉਹਨਾਂ ਉਡਾਨਾਂ 'ਤੇ ਲਾਗੂ ਨਹੀਂ ਹੋਵੇਗਾ ਜੋ DGCA ਤੋਂ ਇਜਾਜ਼ਤ ਲੈ ਕੇ ਉਡਾਨਾਂ ਭਰ ਰਹੀਆਂ ਸਨ। ਭਾਰਤ 'ਚ ਸ਼ੈਡਿਊਲ ਕਮੌਤਰੀ ਯਾਤਰੀ ਉਡਾਨ ਸੇਵਾਵਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਹਿਲੀ ਵਾਰ 23 ਮਾਰਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਜਾ ਚੁੱਕਿਆ। ਹਾਲਾਂਕਿ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਸਤੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਮਈ ਤੋਂ ਅਤੇ ਏਅਰ ਬਬਲ ਸਮਝੌਤੇ ਦੇ ਤਹਿਤ ਜੁਲਾਈ ਤੋਂ ਵਿਸ਼ੇਸ਼ ਉਡਾਨਾਂ ਚਲਾਈਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਕੁਝ ਮਾਰਗਾਂ 'ਤੇ ਨਿਰਧਾਰਿਤ ਤੌਰ 'ਤੇ ਕੌਮੋਤਰੀ ਉਡਾਨਾਂ ਦੀ ਮਨਜ਼ੂਰੀ ਵੀ ਦਿੱਤੀ ਜਾ ਸਕੀ ਹੈ। ਜੋਤਿਸ਼ ਔਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ 81468-13-896